ਜੇਕਰ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਦੀ, ਤਾਂ ਤੁਹਾਡੇ ਪਿੰਡ ਦੇ ਵਸਨੀਕਾਂ ਨੂੰ ਸਰਪੰਚ ਮਿਲੇ ਹੋਏ ਨੇ ਸਰਦਾਰ ਅਜਮਿੰਦਰ ਸਿੰਘ ਜੀ। ਇਹ ਚਾਨਣਾ ਪਾਓ ਕਿ ਸਰਦਾਰ ਅਜਮਿੰਦਰ ਸਿੰਘ ਜੀ ਦੀ ਜੋ ਪੰਚਾਇਤ ਆਪਣੇ ਕੰਮ ਕਾਰ ਕਰ ਰਹੀ ਹੈ, ਕੀ ਤੁਸੀਂ ਉਹਨਾਂ ਕੰਮਾਂ ਕਾਰਾਂ ਤੋਂ ਸੰਤੁਸ਼ਟ ਹੋ? ਹਾਂਜੀ, ਦੇਖੋ ਜੋ ਸਾਰਾ ਰਜਿੰਦਰ ਸਿੰਘ ਜੀ ਸਾਡੇ ਸਰਪੰਚ ਆ, ਉਹ ਕਾਫੀ ਲਿਆਕਤ ਵਾਲੇ ਆ ਔਰ ਕਿਸੇ ਨਾਲ ਵੀ ਉਹ ਭੇਦਭਾਵ ਵਾਲਾ ਕੰਮ ਤਾਂ ਨਹੀਂ ਕਰਦੇ, ਅਤੇ ਕੰਮ ਵੀ ਜੋ ਉਹਨਾਂ ਨੂੰ ਗ੍ਰਾਂਟ ਮਿਲੀ ਆ ਉਹਨਾਂ ਨੇ ਲਾਏ ਆ ਕੰਮ। ਦੋ ਚਾਰ ਵੀਹਾਂ ਵੀ ਬਣੀਆਂ ਸਾਡੇ ਪਿੰਡ 'ਚ, ਕੁਛ ਸੀਵਰੇਜ ਵੀ ਪਿਆ ਵਾ, ਪਰ ਉਹ ਥੋੜ੍ਹੇ ਜਿਹੇ ਢੰਗ ਸਰਕਾਰ ਦੇ ਕੰਮ ਕਰਨ ਦੇ ਇਹੋ ਜਿਹੇ ਆ ਵੀ ਉਹ ਪ੍ਰੋਪਰ ਸਹੀ ਤਰੀਕੇ ਨਾਲ ਕੰਮ ਨਹੀਂ ਹੁੰਦਾ, ਜਾਂ ਤਾਂ ਪਿੱਛੇ ਦੇਖ ਰੇਖ ਨਹੀਂ ਹੁੰਦੀ ਜੋ ਕਰਾ ਰਹੇ ਆ, ਜਾਂ ਫਿਰ ਸਰਪੰਚ ਅਣਗਹਿਲੀ ਕਰਦੇ ਆ, ਘੋਲ ਖੜ ਕੇ ਕੰਮ ਨਹੀਂ ਕਰਾਉਂਦੇ। ਜੋ ਗਲੀਆਂ ਨਾਲੀਆਂ ਬਣੀਆਂ ਵੀ ਆ ਉਹ ਉੱਚੀਆਂ ਨੀਵੀਆਂ, ਉਹਨਾਂ ਨੂੰ ਪ੍ਰੋਪਰ ਚੈਕਿੰਗ, ਉਹਨਾਂ ਦੀ ਚੈਕਿੰਗ ਨਹੀਂ ਹੁੰਦੀ ਬਣਨ ਤੋਂ ਬਾਅਦ। ਤੁਹਾਡੇ ਕਹਿਣ ਤੋਂ ਭਾਵ ਹੈ ਜਿਹੜੀ ਇੰਟਰਲੋਕ ਟਾਈਲਾਂ ਲੱਗੀਆਂ ਨੇ ਉਹਨਾਂ ਦੀ ਚੈਕਿੰਗ ਨਹੀਂ ਹੋਈ, ਉਹਨਾਂ ਇੰਟਰਲੋਕ ਟਾਈਲਾਂ ਦੀ ਬਣਤਰ ਦੇ ਵਿੱਚ ਫਰਕ ਹੈ? ਹਾਂਜੀ ਹਾਂਜੀ, ਬਣਤਰ ਉਹ ਰਾਹ ਉੱਚੇ ਨੀਵੇਂ ਲੱਗੇ ਹੋਏ ਆ, ਉਹ ਸੀਵਰੇਜ ਪਿਆ ਵਾ, ਵਧੀਆ ਗੱਲ ਆ। ਜਿਹੜਾ ਸੀਵਰੇਜ ਪੈ ਜਾਓ ਪਿੰਡਾਂ ਦੇ ਵਿੱਚੋਂ ਨਾਲੀਆਂ ਢੱਕੀਆਂ ਜਾਣਗੀਆਂ, ਪਰ ਸੀਵਰੇਜ ਪਏ ਦਾ ਫਾਇਦਾ ਵੀ ਫੇਰ ਆ, ਜੇ ਜਦੋਂ ਪਾਣੀ ਜਾ ਕੇ ਜਿੱਥੇ ਡਿੱਗਣਾ ਉਹਦਾ ਪਾਣੀ ਦਾ ਲੈਵਲ ਨੀਵਾਂ ਹੋਵੇ। ਸਾਡੇ ਮਨਪ੍ਰੀਤ ਆਲੀ ਨੇ ਛੱਪੜ ਬਣਾਏ ਸੀ ਇਸ ਤੋਂ ਪਹਿਲੇ ਟਰਮ ਦੇ ਵਿੱਚ, ਉਦੋਂ ਛੱਪੜ ਉਹ ਖਾਨਿਆਂ ਦੇ ਵਿੱਚ ਬਣ ਗਏ, ਅਤੇ ਉਹ ਉਦੋਂ 2-3 ਸਾਲ ਉਹ ਖਾਲੀ ਸੀ, ਨੀਵੇਂ ਸੀ, ਪਾਣੀ ਸੀਵਰੇਜ ਦਾ ਜਦੋਂ ਉਦੋਂ ਪਹਿਲਾਂ ਪਿਆ ਸੀ ਉਹ ਵਿੱਚ ਆ ਕੇ ਡਿੱਗ ਪੈਂਦਾ ਸੀ, ਹੁਣ ਉਹ ਛੱਪੜ ਭਰ ਚੁੱਕੇ ਆ, ਉਹਦੇ ਕਰਕੇ ਸੀਵਰੇਜ ਦਾ ਪਾਣੀ ਆ ਜਿਹੜਾ ਉਹ ਛੱਪੜ 'ਚ ਪੂਰੀ ਤਰ੍ਹਾਂ ਸਹੀ ਡਿੱਗਦਾ ਨਹੀਂ, ਬਾਰਿਸ਼ ਆਉਣ ਦੇ ਨਾਲ ਪਿੰਡ ਭਰ ਜਾਂਦਾ, ਗਲੀਆਂ ਭਰ ਜਾਂਦੀਆਂ ਔਰ ਲਗਭਗ 12-14 ਘੰਟੇ ਬਾਅਦ ਉਹ ਹੌਲੀ ਹੌਲੀ ਖਾਲੀ ਹੁੰਦਾ। ਇਹ ਵੱਡੀ ਸਮੱਸਿਆ, ਸਰਕਾਰਾਂ ਨੂੰ ਚਾਹੀਦਾ ਵੀ ਜਿੱਥੇ ਪਾਣੀ ਡਿੱਗਣਾ ਛੱਪੜਾਂ ਦੇ ਵਿੱਚ ਮੋਟਰਾਂ ਲਾਈਆਂ ਜਾਣ, ਛੱਪੜਾਂ ਦਾ ਪਾਣੀ ਚੱਕ ਕੇ ਬਾਹਰ ਜਿਸੇ ਬਾਹਰਲੇ ਛੱਪੜ 'ਚ ਕੱਢਿਆ ਜਾਵੇ, ਜਾਂ ਹੁਣ ਤਾਂ ਪਾਣੀ ਦੀ ਬੜੀ ਲੋੜ ਆ ਖੇਤਾਂ ਨੂੰ ਲਾਇਆ ਜਾਵੇ। ਉਦੋਂ ਮਨਪ੍ਰੀਤ ਆਲੀ ਨੇ ਜਿਹੜੇ ਛੱਪੜਾਂ ਦਾ ਕੰਮ ਕੀਤਾ, ਕਾਫੀ ਮੇਰੇ ਖਿਆਲ ਸਾਨੂੰ ਪਤਾ ਲੱਗ ਰਿਹਾ ਵੀ 70-75 ਲੱਖ ਰੁਪਏ ਦੀ ਗ੍ਰਾਂਟਾਂ ਛੱਪੜਾਂ 'ਤੇ ਲੱਗੀਆਂ ਹੋਈਆਂ, ਪਰ ਜੇ ਉਦੋਂ ਇਹ ਪੱਕਾ ਸਿਸਟਮ ਬਣ ਜਾਂਦਾ, ਇਹਦੇ ਟੋਏ ਵੀ ਪੱਕੇ ਬਣ ਜਾਂਦੇ, ਜਾਂ ਮੋਟਰਾਂ ਦਾ ਪ੍ਰਬੰਧ ਹੋ ਜਾਂਦਾ, ਫਿਰ ਸਾਨੂੰ ਇਹ ਸਮੱਸਿਆ ਆਉਣੀ ਨਹੀਂ ਸੀ। ਛੱਪੜ ਸਾਡੇ ਭਰੇ ਹੋਏ ਆ, ਪਾਣੀ ਪਿੰਡ ਦੇ ਛੱਪੜਾਂ ਦੇ ਭਰਨ ਨਾਲ ਖੜਦਾ, ਉਹ ਵੈਸੇ ਕੋਈ ਸਮੱਸਿਆ। ਤੁਹਾਡੇ ਕਹਿਣ ਤੋਂ ਭਾਵ ਇਹ ਹੈ ਕਿ ਮੌਜੂਦਾ ਸਰਪੰਚ ਸਰਦਾਰ ਰਜਮਿੰਦਰ ਸਿੰਘ ਜੀ ਨੇ ਆਪਣੀ ਸਰਕਾਰ ਦੇ ਸਮੇਂ ਛੱਪੜਾਂ ਵੱਲ ਧਿਆਨ ਨਹੀਂ ਦਿੱਤਾ? ਨਹੀਂ ਜੀ, ਨਹੀਂ, ਛੱਪੜਾਂ ਵੱਲ ਕੋਈ ਹਜੇ ਧਿਆਨ ਨਹੀਂ ਦਿੱਤਾ, ਛੱਪੜਾਂ 'ਚ ਤਾਂ ਪ੍ਰੋਪਰ ਸਫਾਈ ਵੀ ਨਹੀਂ ਹੋਈ, ਹਾਲਾਂਕਿ ਅਸੀਂ ਆਪਦੇ ਪੱਧਰ 'ਤੇ 1-2 ਵਾਰੀ ਛੱਪੜਾਂ ਦੇ ਉੱਤੋਂ ਬੂਟੀ ਵਧਾ ਦਿੰਦੇ ਹਾਂ, ਪਰ ਪੰਚਾਇਤ ਵੱਲੋਂ ਹਜੇ ਛੱਪੜਾਂ ਦੀ ਸਫਾਈ ਨਹੀਂ ਹੋਈ ਪ੍ਰੋਪਰ। ਪੰਚਾਇਤ ਵੱਲੋਂ ਕਦੇ ਮਾਸਟਰ ਰੋਲ ਨਹੀਂ ਪਾਇਆ ਗਿਆ ਮਨਰੇਗਾ ਦਾ ਕਿ ਛੱਪੜ ਦੀ ਸਫਾਈ ਕਰਵਾਈ ਜਾਵੇ? ਦੇਖੋ ਕਿਹਾ ਵਾ, ਦੱਸਦੇ ਵੀ ਆ ਵੀ ਪਾਇਆ ਗਿਆ ਵਾ, ਪਰ ਹੁੰਦੀ ਨਹੀਂ ਉਸ ਤਰੀਕੇ ਨਾਲ, ਹੋ ਸਕਦਾ ਕਾਗਜ਼ਾਂ 'ਚ ਥੋੜ੍ਹੀ ਬਹੁਤੀ ਹੋ ਜਾਂਦੇ, ਪਰ ਸਹੀ ਤਰੀਕੇ ਨਾਲ ਸਫਾਈ ਛੱਪੜਾਂ ਦੀ ਨਹੀਂ ਹੋ ਰਹੀ। ਤੁਸੀਂ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਇਮਾਨਦਾਰ ਅਤੇ ਸੱਚੇ ਸਪੋਰਟਰ ਹੋ, ਹੁਣ ਇੱਕ ਇਮਾਨਦਾਰੀ ਨਾਲ ਸਾਡੇ ਦਰਸ਼ਕਾਂ ਨੂੰ ਇੱਕ ਜਵਾਬ ਹੋਰ ਦੇ ਦਿਓ। ਤੁਸੀਂ ਜਿਸ ਤਰ੍ਹਾਂ ਮਨਪ੍ਰੀਤ ਸਿੰਘ ਯਾਲੀ ਜੀ ਦੇ ਗੁਣਗਾਨ ਕਰਦੇ ਹੋ, ਕੀ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਤੋਂ ਪਹਿਲਾਂ ਅਕਾਲੀ ਪਾਰਟੀ ਨੂੰ ਬਿਲੋਂਗ ਕਰਦੇ ਸੀ? ਬਿਲਕੁਲ ਨਹੀਂ, ਸਾਡਾ ਤਾਂ ਜਿਹੜੇ ਬਜ਼ੁਰਗ ਸੀ ਉਹ ਪਹਿਲਾਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਸੀ, ਅਕਾਲੀ ਦਲ ਤੋਂ ਤਾਂ ਵਿਸ਼ਵਾਸ ਸਾਨੂੰ ਚੱਕਿਆ ਗਿਆ ਇਸ ਕਰਕੇ ਵੀ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ, ਇਹਨਾਂ ਦੀ ਸਰਕਾਰ ਦੇ ਹੁੰਦਿਆਂ ਹੋ ਗਈ, ਚੈਲੰਜ ਕਰਕੇ ਹੋ ਗਈ, ਇਹਨਾਂ ਤੋਂ ਕਾਰਵਾਈ ਨਹੀਂ ਹੋਈ, ਫਿਰ ਅਸੀਂ ਇਸ ਦੇ ਅਕਾਲੀ ਦਲ ਤੋਂ ਕਰਾਉਣਾ ਕੀ ਆ? ਅਕਾਲੀ ਦਲ ਤੋਂ ਵਿਸ਼ਵਾਸ ਸਾਡਾ ਵੈਸੇ ਨਹੀਂ ਚੱਕਿਆ ਗਿਆ, ਇਹ ਕਈ ਕਾਰਨ ਬਣ ਗਏ ਜਿਹਦੇ ਕਰਕੇ ਅਸੀਂ ਕਿਹਾ ਵੀ ਨਹੀਂ, ਇੱਕ ਜੋ ਪੰਜਾਬ ਦੇ ਹਾਲਾਤ ਦਾ ਪਤਾ ਲੱਗ ਰਿਹਾ, ਪਹਿਲਾਂ ਪਤਾ ਨਹੀਂ ਲੱਗਦਾ ਹੁੰਦਾ ਸੀ ਪੰਜਾਬ ਦੇ ਸਿਰ ਕਰਜ਼ਾ ਕਿੰਨਾ, ਹੁਣ ਪਤਾ ਲੱਗ ਰਿਹਾ ਵੀ ਆਉਣ ਵਾਲੇ 2-3 ਟਰਮਾਂ ਦੇ ਵਿੱਚ ਜਿਹੜਾ ਰਾਜ ਹੋਇਆ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕਰਜ਼ਾਈ ਹੋ ਗਿਆ ਪੰਜਾਬ, ਅਤੇ ਲੋਕ ਵਿਦੇਸ਼ਾਂ ਨੂੰ ਭੱਜ ਰਹੇ ਆ, ਚਲੋ ਹਜੇ ਵੀ ਭੱਜ ਰਿਹਾ, ਲੋਕਾਂ ਦਾ ਰੁਝਾਨ ਹੋ ਗਿਆ, ਅਜੇ ਤਾਂ ਸਰਕਾਰ ਨੂੰ ਬਹੁਤ ਥੋੜ੍ਹਾ ਟਾਈਮ ਹੋਇਆ, ਹੋ ਸਕਦਾ 2-3 ਸਾਲਾਂ ਦੇ ਵਿੱਚ ਸਰਕਾਰ ਦੇ ਚੰਗੇ ਨਤੀਜੇ ਆਉਣ, ਫਿਰ ਹੀ ਕੁਛ ਕਿਹਾ ਜਾ ਸਕਦਾ, ਪਰ ਅਕਾਲੀ ਦਲ ਨਾਲ ਸਾਡੇ ਪਰਿਵਾਰਕ ਰਿਸ਼ਤੇ ਸੀ, ਪਰਿਵਾਰਕ ਸਾਂਝ ਸੀ, ਅਸੀਂ ਉਹਨਾਂ ਨੂੰ ਹੁਣ ਵੀ ਚਾਹੁੰਦੇ ਹਾਂ ਕਿ ਅਕਾਲੀ ਦਲ ਵਧੀਆ ਆਵੇ, ਪਰ ਇਹ ਇਹੋ ਜਿਹਾ ਅਕਾਲੀ ਦਲ ਨਾ ਆਵੇ ਜਿਹੜਾ ਆਪਦੇ ਕਿੱਤਿਆਂ ਦੇ ਵਿੱਚ ਹਿੱਸੇ ਪਾਉਂਦਾ ਹੋਵੇ।